ਹਰੀ ਸਿੰਗਲਾ ਜੀ, ਇੱਕ ਹਿੰਦੂ ਸੰਗਠਨ ਕਹਿ ਰਿਹਾ ਕਿ 35,000 ਹਿੰਦੂ ਪੀੜਤਾਂ ਵਾਸਤੇ 781 ਕਰੋੜ ਰੁਪਏ ਦਾ ਫੰਡ ਜਾਰੀ ਹੋਣਾ ਚਾਹੀਦਾ ਤੇ ਤੁਸੀਂ ਕਹਿ ਰਹੇ ਹੋ ਕਿ 10,636 ਲੋਕਾਂ ਵਾਸਤੇ, ਇੰਨਾ ਫਰਕ ਕਿਉਂ? 1982 ਤੋਂ ਲੈ ਕੇ 1995 ਤੱਕ 10,636 ਲੋਕ ਮਾਰੇ ਗਏ, ਅੱਤਵਾਦ ਦੇ ਦੌਰਾਨ 908 ਇੰਜਰਡ ਹੋਏ, 17,400 ਕੁਛ ਫੈਮਿਲੀਜ਼ ਪਲੈਨ ਕਰਕੇ ਪੰਜਾਬ ਤੋਂ ਬਾਹਰ ਗਈਆਂ। ਮੇਰੇ ਖਿਆਲ ਜਿਹੜੇ ਮੇਰੇ ਭਰਾ ਇਹ ਤੁਹਾਨੂੰ 35,000 ਦਾ ਡਾਟਾ ਦੇ ਕੇ ਗਏ ਨੇ, ਉਹਨਾਂ ਨੇ ਨਹੀਂ ਪੜ੍ਹਿਆ ਹੋਣਾ। ਹਰੀ ਸਿੰਗਲਾ ਜੀ, ਪਵਨ ਕੁਮਾਰ ਗੁਪਤਾ ਜੀ ਵੱਲੋਂ ਕਿਹਾ ਗਿਆ ਸੀਗਾ ਕਿ 45% ਹਿੰਦੂਆਂ ਦੀ ਵੋਟ ਜਿਹੜੀ ਹੈਗੀ ਹੈ ਉਹ ਬੀਜੇਪੀ ਨੂੰ ਪੈ ਸਕਦੀ ਹੈ ਜਾਂ ਕਾਂਗਰਸ ਨੂੰ ਪੈ ਸਕਦੀ ਹੈ ਅਗਰ ਉਹ ਸਾਡੇ ਇਸ ਮਤੇ ਦੇ ਉੱਪਰ ਧਿਆਨ ਦਿੰਦੀ ਹੈ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰ ਦੇਣਾ ਕਿ ਸ਼ਿਵ ਸੈਨਾ ਹਿੰਦੁਸਤਾਨ ਕੋਈ ਰਾਜਨੀਤਿਕ ਦਲ ਕਿਸੇ ਵੀ ਹਿੰਦੁਸਤਾਨ ਦੇ ਕੌਂਸਟੀਟਿਊਸ਼ਨ ਦੇ ਵਿੱਚ ਰਜਿਸਟਰਡ ਨਹੀਂ ਹੈ। ਅਤੇ ਦੂਜੀ ਗੱਲ, 45% ਵੋਟ ਦੀ ਜਿਹੜੀ ਉਹ ਦਾਅਵਾ ਕਰਦੇ ਨੇ, ਉਹਨਾਂ ਨੂੰ ਕਦੇ ਇਹ ਪੁੱਛੋ ਕਿ ਤੁਹਾਨੂੰ ਕਦੇ ਕਿਸੇ ਵਿਧਾਨ ਸਭਾ ਦੇ ਵਿੱਚ ਕਦੇ 4500 ਵੋਟ ਵੀ ਪਈ ਹੈ? ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਜਾ ਰਹੇ ਹੋ, ਇਸ ਤੋਂ ਇਹ ਸਾਫ਼ ਜਾਪਦਾ ਕਿ ਤੁਸੀਂ ਭਾਜਪਾ ਦੇ ਨਾਲ ਸਾਫ਼ ਤੌਰ ਦੇ ਉੱਪਰ ਖੁੰਦਕ ਕੱਢ ਰਹੇ ਹੋ, ਪੰਜਾਬ ਸਰਕਾਰ ਦੇ ਵਿੱਚ ਰਹਿੰਦੇ ਹੋ, ਪੰਜਾਬ ਸਰਕਾਰ ਦੇ ਖਿਲਾਫ਼ ਕਿਉਂ ਜਾ ਰਹੇ? ਭਾਜਪਾ ਪਿਓਰ ਹਿੰਦੂ ਵਿਰੋਧੀ ਹੈ, ਮੈਂ ਤੁਹਾਡੇ ਇਸ ਮੰਚ ਤੋਂ ਐਲਾਨ ਕਰ ਰਿਹਾ, ਕਿਉਂਕਿ ਜੇ ਉਹ ਹਿੰਦੂ ਤੇਜੀ ਹੁੰਦੀ ਤਾਂ ਹਿੰਦੁਸਤਾਨ ਦੇ ਵਿੱਚ ਰਾਮ ਮੰਦਿਰ ਬਣਦਾ। ਲੋਕ ਸਭਾ 2019 ਦੇ ਵਿੱਚ ਮੇਰਾ ਐਲਾਨ ਹੈ ਕਿ ਭਾਜਪਾ ਨੂੰ 100 ਸੀਟਾਂ ਵੀ ਨਹੀਂ ਆਉਣਗੀਆਂ, ਉਹਨਾਂ ਦਾ ਇੱਕ ਮੰਡੀ ਚਿਹਰਾ ਜਨਤਾ ਦੇ ਸਾਹਮਣੇ ਆ ਚੁੱਕਿਆ। ਨਮਸਕਾਰ ਦਰਸ਼ਕੋ, ਮੈਂ ਕਿਰਨ ਵਿਸ਼ਿਸ਼ਟ ਲੈ ਕੇ ਹਾਜ਼ਰ ਹਾਂ ਨਿਸ਼ਾਨਦੇਹੀ ਮੁੱਦੇ ਦੀ। ਨਿਸ਼ਾਨਦੇਹੀ ਮੁੱਦੇ ਦੇ ਵਿੱਚ ਜਿਵੇਂ ਅਸੀਂ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਚਰਚਾ ਕਰਦੇ, ਤੇ ਇਸ ਵਾਰ ਦਾ ਮੁੱਦਾ ਹੈ ਕਿ ਜੋ ਅੱਤਵਾਦ ਦੇ ਸਮਾਂ ਪੰਜਾਬ ਵਿੱਚ ਆਇਆ ਸੀ, ਕਾਲਾ ਦੌਰ ਸੀਗਾ ਉਸ ਸਮੇਂ, ਜੋ ਲੋਕ ਉਸ ਤੋਂ ਪ੍ਰਭਾਵਿਤ ਹੋਏ ਸਨ ਉਹਨਾਂ ਦੇ ਲੈ ਕੇ ਪੰਜਾਬ ਸਰਕਾਰ ਵੱਲੋਂ ਜਦੋਂ ਪਹਿਲਾਂ ਪੰਜਾਬ ਸਰਕਾਰ ਆਈ ਹੈ 2006 ਦੇ ਵਿੱਚ, 2003 ਦੇ ਵਿੱਚ ਉਸ ਸਮੇਂ ਇੱਕ ਪ੍ਰਸਤਾਵ ਆਇਆ ਸੀਗਾ ਜਿਸ ਦੇ ਵਿੱਚ ਉਹਨਾਂ ਦੇ ਲਈ 781 ਕਰੋੜ ਰੁਪਏ ਦਾ ਮਤਾ ਪਾਸ ਹੋਇਆ ਸੀਗਾ। ਜਿਵੇਂ ਕਿ ਇੱਕ ਹਿੰਦੂ ਸੰਘਰਸ਼ ਕਮੇਟੀ ਵੱਲੋਂ ਕਿਹਾ ਗਿਆ ਕਿ 35,000 ਹਿੰਦੂਆਂ ਦੇ ਹੱਕ ਲਈ ਸੰਘਰਸ਼ ਕੀਤਾ ਗਿਆ ਸੀਗਾ ਅਤੇ ਉਸ ਤੋਂ ਬਾਅਦ ਉਹ ਮਤਾ ਪਾਸ ਹੋਇਆ, ਲੇਕਿਨ ਮਤਾ ਪਾਸ ਹੋਣ ਤੋਂ ਬਾਅਦ ਹਾਲੇ ਤੱਕ ਵੀ ਉਹ ਫੰਡ ਜਿਹੜਾ ਹੈ ਰਿਲੀਜ਼ ਨਹੀਂ ਹੋਇਆ, ਜੋ ਪੀੜਿਤ ਹਿੰਦੂ ਪਰਿਵਾਰ ਨੇ ਉਹਨਾਂ ਤੱਕ ਨਹੀਂ ਪਹੁੰਚਿਆ ਅਤੇ ਉਹ ਇਸ ਵਾਰ ਫਿਰ ਤੋਂ ਸੰਘਰਸ਼ ਵਿੱਚ ਲੱਗ ਗਏ ਨੇ ਅਤੇ ਉਹਨਾਂ ਨੇ ਰੋਸ਼ ਮੁਜ਼ਾਹਰੇ ਵੀ ਅਤੇ ਡੀਸੀ ਸਾਹਿਬਾਨਾਂ ਨੂੰ ਲੈਟਰ ਵੀ ਦਿੱਤੇ ਅਤੇ ਬਾਕੀ ਦੇ ਹੋਰ ਹਿੰਦੂ ਸੰਘਰਸ਼ ਵੀ ਜਿਹੜੇ ਕਰ ਰਹੇ ਨੇ, ਹਿੰਦੂ ਪਾਰਟੀਆਂ ਵੀ ਸੰਘਰਸ਼ ਕਰ ਰਹੇ ਨੇ। ਉਹਨਾਂ ਵਿੱਚੋਂ ਇੱਕ ਪਾਰਟੀ ਹੈ ਜਿਸਦਾ ਨਾਮ ਬਹੁਤ ਹੀ ਬੁਲੰਦ ਹੈ ਪੂਰੇ ਭਾਰਤ ਵਿੱਚ, ਨਾਮ ਹੈ ਸ਼ਿਵ ਸੈਨਾ ਬਾਲ ਠਾਕਰੇ। ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਮੁੱਖ ਮੁਖੀ, ਜਿਹਨਾਂ ਨੂੰ ਕਹਿ ਲਈਏ ਕਿ ਹਰੀ ਸਿੰਗਲਾ ਜੀ, ਇਸ ਸਮੇਂ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਲੇਕਿਨ ਤੁਹਾਨੂੰ ਦੱਸ ਦੇ ਕਿ ਹੁਣ ਹੀ ਕੁਛ ਸਮੇਂ ਪਹਿਲਾਂ ਉਹਨਾਂ ਦਾ ਇੱਕ ਅਖਬਾਰ ਵਿੱਚ ਬਿਆਨ ਛਪਦਾ ਜਿਸ ਦੇ ਵਿੱਚ ਉਹਨਾਂ ਨੇ ਵੀ 781 ਕਰੋੜ ਰੁਪਏ ਦੀ ਗੱਲ ਕੀਤੀ ਹੈ ਅਤੇ ਜੋ ਸੰਘਰਸ਼ ਦੀਆਂ ਗੱਲਾਂ ਹੋ ਰਹੀਆਂ ਸੀ ਉਸਦੇ ਉੱਪਰ ਵੀ ਉਹ ਰੋਸ਼ਨੀ ਪਾਉਣਗੇ ਕਿ ਇਹ ਸੰਘਰਸ਼ ਕਿਸ ਕਿਸ ਤਰੀਕੇ ਦਾ ਚੱਲਿਆ ਅਤੇ ਜਿਹੜੇ 781 ਕਰੋੜ ਰੁਪਏ ਨੇ ਉਹ ਕਿਹੜੇ 35,000 ਲੋਕਾਂ ਦੇ ਨੇ ਜਾਂ 35,000 ਹਿੰਦੂਆਂ ਦੇ ਨੇ, ਜਦਕਿ ਉਹਨਾਂ ਨੇ ਆਪਣੇ ਪਰਫੋਰਮੇ ਦੇ ਵਿੱਚ ਇਹ ਦੱਸਿਆ ਕਿ 10,636 ਲੋਕਾਂ ਵਾਸਤੇ। ਇਹ ਜਿਹੜਾ ਫਿਗਰਸ ਦਾ ਫਰਕ ਪਿਆ, ਕਾਫੀ ਜ਼ਿਆਦਾ ਫਰਕ ਹੈ, 35,000 ਅਤੇ 10,636, ਬਹੁਤ ਜ਼ਿਆਦਾ ਡਿਫਰੈਂਸ ਹੈ, ਇਹ ਕਿਸ ਤਰ੍ਹਾਂ ਪੈ ਗਿਆ? ਆਖਿਰਕਾਰ ਹਿੰਦੂ 35,000 ਹੀ ਸਨ ਜਾਂ 10,636 ਸਨ? ਲੇਕਿਨ ਇਸ ਦੇ ਵਿੱਚ ਵੀ ਇਹਨਾਂ ਨੇ ਸਭ ਕਿਸੇ ਨੂੰ ਹਿੰਦੂ ਨੇ ਲਿਖਿਆ, ਇਸ ਦੇ ਵਿੱਚ ਵੀ ਲੋਕਾਂ ਵਾਸਤੇ ਲਿਖਿਆ ਕਿ ਜੋ ਲੋਕ ਸਨ ਪੰਜਾਬ ਦੇ ਨਾਗਰਿਕ ਸਨ। ਕੀ ਹੈ ਪੂਰੀ ਸੱਚਾਈ, ਕੀ ਹੈ ਪੂਰੇ ਖੁਲਾਸੇ, ਇਸ ਦੇ ਉੱਪਰ ਗੱਲ ਕਰਦੇ ਹਾਂ ਆਪਾਂ ਸ਼੍ਰੀ ਹਰੀ ਸਿੰਗਲਾ ਜੀ ਨਾਲ। ਹਰੀ ਸਿੰਗਲਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਏਵਨ ਪੰਜਾਬੀ ਦੇ ਸਟੂਡੀਓ ਵਿੱਚ ਆਉਣ ਲਈ। ਅਤੇ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਕਿ ਇੱਕ ਹੋਰ ਸ਼ਿਵ ਸੈਨਾ ਹੈ ਜੋ ਸ਼ਿਵ ਸੈਨਾ ਹਿੰਦੁਸਤਾਨ ਹੈ, ਉਹਨਾਂ ਨੇ ਪਿਛਲੇ ਦਿਨ ਸਾਡੇ ਨਾਲ ਮੁਲਾਕਾਤ ਕੀਤੀ, ਪ੍ਰੈਸ ਕਾਨਫਰੰਸ ਕੀਤੀ, ਉਸ ਦੇ ਵਿੱਚ ਵੀ ਉਹਨਾਂ ਨੇ 781 ਕਰੋੜ ਰੁਪਏ ਦਾ ਜਿਹੜਾ ਫੰਡ ਹੈ ਉਹਦਾ ਜ਼ਿਕਰ ਕੀਤਾ। ਹਾਲਾਂਕਿ ਨਾਨਾਵਟੀ ਦੀ ਰਿਪੋਰਟ ਦੇ ਮੁਤਾਬਿਕ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਪੈਸੇ ਆਏ ਸਨ, ਉਹਨਾਂ ਨੇ ਸੰਘਰਸ਼ ਦੀ ਗੱਲ ਵੀ ਕੀਤੀ, ਪਿਛਲੇ 12 ਸਾਲਾਂ ਤੋਂ ਸੰਘਰਸ਼ ਉਹਨਾਂ ਦਾ ਚੱਲਦਾ ਆ ਰਿਹਾ ਅਤੇ ਹੁਣ ਵੀ ਉਹ ਪੰਜਾਬ ਦੇ ਵਿੱਚ ਜਿਹੜੇ ਰਾਣੀ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ, ਬ੍ਰਹਮਿੰਦਰੇ ਨਾਲ ਮੁਲਾਕਾਤ ਕਰਦੇ ਨੇ,
ਤੇ ਉਹਨਾਂ ਤੋਂ ਆਸ਼ਵਾਸਨ ਮਿਲਦਾ ਹੈਗਾ ਵੀ ਅਸੀਂ ਇਸ ਦੇ ਉੱਪਰ ਕੰਮ ਕਰ ਰਹੇ ਹਾਂ ਅਤੇ ਤੁਹਾਡਾ ਸਾਥ ਦੇਵਾਂਗੇ। ਅਗਰ ਸਾਥ ਨਹੀਂ ਮਿਲਦਾ ਤਾਂ ਉਹਨਾਂ ਨੇ ਸਾਫ਼ ਤੌਰ 'ਤੇ ਸਾਡੇ ਮੰਚ 'ਤੇ ਵੀ ਕਿਹਾ ਕਿ ਅਸੀਂ ਬੀਜੇਪੀ ਦਾ ਪੱਲਾ ਫੜ ਲਾਂਗੇ ਅਤੇ ਆਉਣ ਵਾਲੇ 2019 ਦੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਹਿੰਦੂ ਵੋਟ ਜੋ 45% ਹੈ ਉਹ ਪਵਾਵਾਂਗੇ। ਇਹਨਾਂ ਦੇ ਇਹਨਾਂ ਸਾਰੇ ਗੱਲਾਂ ਦੇ ਉੱਪਰ ਹੀ ਚਰਚਾ ਕਰਾਂਗੇ। ਲੇਕਿਨ ਜਦੋਂ ਤੁਹਾਡਾ ਬਿਆਨ ਅਖਬਾਰ ਵਿੱਚ ਆਉਂਦਾ ਉਸ ਦੇ ਵਿੱਚ ਜਿਹੜੀ ਫਿਗਰ ਹੈ, ਫਿਗਰਾਂ ਦਾ ਬੜਾ ਹੇਰ ਫੇਰ ਹੋ ਰਿਹਾ, ਇਸ ਦੇ ਉੱਪਰ ਥੋੜ੍ਹੀ ਰੋਸ਼ਨੀ ਪਾਓ। ਮੈਂ ਹਰੀਸ਼ ਸਿੰਗਲਾ ਜੀ, ਸਭ ਤੋਂ ਪਹਿਲਾਂ ਏਵਨ ਪੰਜਾਬੀ ਚੈਨਲ ਨਿਰਪੱਖ ਨਿਡਰ ਔਰ ਜਨਤਾ ਤੱਕ ਸਹੀ ਗੱਲ ਨੂੰ ਪਹਿਚਾਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੀ, ਕਿ ਜੋ ਪੰਜਾਬ ਦੇ ਆਤੰਕਵਾਦ ਪੀੜਤਾਂ ਦੀ ਲੜਾਈ ਦੇ ਵਿੱਚ ਏਵਨ ਪੰਜਾਬੀ ਚੈਨਲ ਨੇ ਸ਼ਾਮਿਲ ਹੋ ਕੇ ਪੰਜਾਬ ਦੇ ਆਤੰਕਵਾਦ ਪੀੜਤਾਂ ਨੂੰ ਇਨਸਾਫ਼ ਦਵਾਉਣ ਦਾ ਜੋ ਬੀੜਾ ਉਠਾਇਆ ਜੀ ਉਹ ਬਹੁਤ ਵਧੀਆ। ਦੂਜੀ ਗੱਲ ਕਿ 2005-06 ਦੇ ਵਿੱਚ ਨਾਨਾਵਟੀ ਯੋਗ ਦੀ ਰਿਪੋਰਟ ਜਿਹੜੀ ਆਈ ਸੀ ਉਸਦੇ ਵਿੱਚ 6600 ਕਰੋੜ ਰੁਪਈਆ ਕੇਂਦਰ ਸਰਕਾਰ ਨੂੰ ਦੇਣ ਲਈ ਆਖਿਆ ਗਿਆ ਸੀ ਜੀ, ਜਿਸ ਦੇ ਵਿੱਚ ਪੰਜਾਬ ਦੇ ਅੱਤਵਾਦ ਪੀੜਤ ਜੀ ਨੋਟ ਹਿੰਦੂ ਨੋਟ ਸਿੱਖ ਨੋਟ ਮੁਸਲਿਮ ਜੀ, ਉਹ ਸਿੱਧਾ ਸੀਗਾ ਕਿ ਪੰਜਾਬ ਦੇ ਵਿੱਚ ਚਾਹੇ ਉਹ ਕਿਸੇ ਵੀ ਧਰਮ ਕਿਸੇ ਵੀ ਜਾਤ ਨਾਲ ਕੋਈ ਸੰਬੰਧ ਰੱਖਦਾ ਕੋਈ ਵੀ ਇਨਸਾਨ ਜੀ ਪੰਜਾਬ ਦਾ ਅੱਤਵਾਦ ਪੀੜਤ ਜੀ ਜਿਹੜਾ ਉਹ ਬੱਸਾਂ ਦੇ ਵਿੱਚੋਂ ਲਾ ਕੇ ਮਾਰਿਆ ਗਿਆ ਜੀ, ਚਾਹੇ ਉਹ ਪੁਲਿਸ ਦੀ ਡਿਊਟੀ ਕਰਦੇ ਹੋਏ ਮਾਰਿਆ ਗਿਆ ਜੀ, ਕਿਸੇ ਵੀ ਤਰ੍ਹਾਂ ਦੇ ਨਾਲ ਅੱਤਵਾਦ ਪੀੜਤ ਪ੍ਰਭਾਵਿਤ ਹੋਇਆ ਆਤੰਕਵਾਦ ਦੇ ਨਾਲ ਪ੍ਰਭਾਵਿਤ ਹੋਇਆ ਉਸ ਨੂੰ 781 ਕਰੋੜ ਰੁਪਈਆ ਦੇਣ ਦੀ ਗੱਲ ਉਸ ਦੇ ਵਿੱਚ ਆਖੀ ਗਈ ਜੀ। ਇਸੇ ਤਰ੍ਹਾਂ 715 ਕਰੋੜ ਰੁਪਈਆ 1984 ਦੇ ਰਾਈਟਸ ਦੇ ਵਿੱਚ ਜੋ ਦਿੱਲੀ ਦੇ ਵਿੱਚ ਰਾਈਟਸ ਹੋਏ ਜੀ, ਜਿਹਨੂੰ ਆਪਾਂ ਸਿੱਖਾਂ ਦੀ ਨਸਲਕੁਸ਼ੀ ਕਹਿ ਦਿੰਦੇ ਹਾਂ ਜੀ, ਦੰਗਾ ਪੀੜਤ ਕਹਿ ਦਿੰਦੇ ਹਾਂ ਜੀ, 715 ਕਰੋੜ ਰੁਪਏ ਉਹਨਾਂ ਨੂੰ ਵੀ ਉਸ ਰਿਪੋਰਟ ਦੇ ਵਿੱਚੋਂ ਦੇਣੇ ਕੀਤੇ ਗਏ ਨਾਨਾਵਟੀ ਰਿਪੋਰਟ ਦੇ ਨਾਨਾਵਟੀ ਜੀ, ਚਾਹੇ ਉਹ ਗੁਜਰਾਤ ਦੇ ਵਿੱਚ ਦੰਗੇ ਹੋਏ, ਚਾਹੇ ਖੋਦਰਾ ਕਾਂਡ ਹੋਇਆ, ਚਾਹੇ ਬੰਬੇ ਬੰਬ ਬਲਾਸਟ ਹੋਇਆ ਜੀ, ਕਿ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਕੋਈ ਲੋਕ ਨਿਰਦੋਸ਼ ਲੋਕ ਜੀ ਕਿਸੇ ਤਰ੍ਹਾਂ ਦੇ ਨਾਲ ਵੀ ਉਹ ਪ੍ਰਭਾਵਿਤ ਹੋਏ ਜੀ, ਤਾਂ ਨਾਨਾਵਟੀ ਯੋਗ ਨੇ ਇੱਕ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਦਿੱਤੀ ਕਿ ਇਹਨਾਂ ਲੋਕਾਂ ਨੂੰ ਇੰਨਾ ਪੈਸਾ ਦਿੱਤਾ ਜਾਵੇ, ਇਹਨਾਂ ਲੋਕਾਂ ਨੂੰ ਇੰਨਾ ਪੈਸਾ ਦਿੱਤਾ ਜਾਵੇ ਜੀ। ਉਸੀ ਕੜੀ ਦੇ ਤਹਿਤ 781 ਕਰੋੜ ਰੁਪਈਆ ਪੰਜਾਬ ਦੇ ਆਤੰਕਵਾਦ ਪੀੜਤਾਂ ਨੂੰ ਦੇਣ ਦੀ ਗੱਲ ਆਖੀ ਗਈ। ਲੇਕਿਨ ਜਿਹੜੀ ਫਿਗਰਸ ਦੀ ਗੱਲ ਕਰ ਰਹੇ ਹਾਂ, ਇੱਕ ਪਾਸੇ ਤਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਪ੍ਰੈਜੀਡੈਂਟ ਨੇ ਉਹ ਕਹਿ ਰਹੇ ਨੇ ਕਿ 35,000 ਹਿੰਦੂ ਨੇ, ਤੁਸੀਂ 10,637 ਦੱਸ ਰਹੇ ਹੋ, ਉਹ ਵੀ ਤੁਸੀਂ ਹਿੰਦੂ ਨੂੰ ਸਿਰਫ ਲੋਕ ਦੱਸ ਰਹੇ ਹੋ। ਮੈਂ ਮੂੰਹਜਵਾਨੀ ਗੱਲ ਨਹੀਂ ਕਰਦਾ ਜੀ, ਜੋ ਸਰਕਾਰੀ ਅੰਕੜਾ ਜੀ, ਕਿਉਂਕਿ ਆਤੰਕਵਾਦ ਦੇ ਦੌਰਾਨ ਅਗਰ ਕਿਸੇ ਦੀ ਹੱਤਿਆ ਹੋਈ ਤਾਂ ਰਿਕਾਰਡ ਦੇ ਵਿੱਚ ਚੜੀ ਜੀ, ਇਹ ਨਹੀਂ ਹੋ ਸਕਦਾ ਕਿ 35,000 ਬੰਦਾ ਮਰਿਆ ਜੀ ਤੇ ਰਿਕਾਰਡ ਦੇ ਵਿੱਚ 10,636 ਆਏ ਹੋਣ ਜੀ। ਇਹ ਸਰਕਾਰੀ ਅੰਕੜਾ ਜੀ, ਜੋ ਮੁੱਖ ਮੰਤਰੀ ਪੰਜਾਬ ਜੀ ਪੂਰਬ ਪ੍ਰਕਾਸ਼ ਸਿੰਘ ਬਾਦਲ ਜੀ, ਮੌਜੂਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਜੀ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਨੂੰ ਬਾਦਲ ਸਾਹਿਬ ਲਿਖਦੇ ਰਹੇ ਜੀ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਨਰਿੰਦਰ ਮੋਦੀ ਜੀ ਨੂੰ ਜੋ ਚਿੱਠੀ ਸਰਕਾਰੀ 25 ਨਵੰਬਰ 2017 ਨੂੰ ਜਾਰੀ ਕੀਤੀ ਹੈ ਜੀ, ਮੈਂ ਉਹਦਾ ਅੰਕੜਾ ਤੁਹਾਨੂੰ ਦਿੱਤਾ ਜੀ, ਜਨਤਾ ਨੂੰ ਦੱਸਿਆ ਕਿ ਸਾਡੇ ਪੰਜਾਬ ਦੇ ਵਿੱਚ 10,636 ਹੱਤਿਆਵਾਂ ਹੋਈਆਂ ਜੀ, 908 ਬੰਦੇ ਇੰਜਰਡ ਹੋਏ ਜੀ, 17,000 ਤੋਂ ਵੱਧ ਪਰਿਵਾਰ ਜੀ ਇੱਥੋਂ ਪਲਾਇਨ ਕਰਕੇ ਅਦਰ ਸਟੇਟਸ ਦੇ ਵਿੱਚ ਗਏ ਜੀ। ਇਹ ਬਿਲਕੁਲ ਸਰਕਾਰੀ ਅੰਕੜਾ ਜੀ, ਇਸ ਦੇ ਵਿੱਚ ਨਾ ਮੈਂ ਇਸ ਨੂੰ ਫੇਰ ਬਦਲ ਕਰ ਸਕਦਾ ਜੀ, ਨਾ ਕੋਈ ਹੋਰ ਕਰ ਸਕਦਾ ਹੈ। ਜੇ ਕੋਈ 35,000 50,000 60,000 20,000 ਦੀ ਗੱਲ ਕਰਦਾ ਹੈ ਤਾਂ ਉਸ ਬੰਦੇ ਦੀ ਅਨਪੜ੍ਹਤਾ। ਤੁਸੀਂ ਇਸ ਗੱਲ ਨੂੰ ਖਾਰਜ ਕਰਦੇ ਹੋ? ਖਾਰਜ ਨਹੀਂ, ਇਹ ਕਲੀਅਰ ਹੈ ਜੀ। ਅਗਰ ਉਹ ਕਹਿੰਦਾ ਮੈਨੂੰ ਦਿਖਾ ਦੇਵੇ ਵੀ ਕਿੱਥੇ 35,000 ਦਾ ਅੰਕੜਾ ਹੈਗਾ ਜੀ, ਕੋਈ 35,000 ਦਾ ਅੰਕੜਾ ਨਹੀਂ, 10,636 ਦਾ ਅੰਕੜਾ ਜੀ, 82 ਤੋਂ ਲੈ ਕੇ 95 ਤੱਕ ਜੀ, 1982 ਤੋਂ ਸ਼ੁਰੂ ਹੋ ਕੇ 1995 ਤੱਕ। ਠੀਕ ਹੈ ਜੀ, ਲੇਕਿਨ ਜਿੰਨੇ ਵਾਰੀ ਵੀ ਅਸੀਂ ਗੱਲਬਾਤ ਕੀਤੀ ਹਿੰਦੁਸਤਾਨ ਦੇ ਜਿਹੜੇ ਇਹ ਪ੍ਰਮੁੱਖੀ ਨੇ, ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖੀ ਨੇ,
ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਸੰਘਰਸ਼ ਕਰ ਰਹੇ ਹੋ, ਹੋਰ ਹਿੰਦੂ ਕਮਿਊਨਿਟੀਆਂ ਵੀ ਹੈਗੀਆਂ, ਹੋਰ ਹਿੰਦੂ ਸੰਸਥਾਵਾਂ ਵੀ ਹੈਗੀਆਂ, ਤੁਸੀਂ ਉਹਨਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲ ਰਹੇ? ਕਿਉਂਕਿ ਹਿੰਦੂ ਤਾਂ ਸਾਂਝੇ ਨੇ, ਸਭ ਦੇ ਨੇ, ਸਭ ਸਾਂਝੇ ਹੋ ਕੇ ਇਕੱਠੇ ਹੋ ਕੇ ਸੰਘਰਸ਼ ਕਿਉਂ ਨਹੀਂ ਕਰਦੇ? ਉਹਨਾਂ ਵੱਲੋਂ ਤਾਂ ਇਹੀ ਕਿਹਾ ਗਿਆ ਕਿ ਹਮੇਸ਼ਾ ਹੀ ਅਸੀਂ ਕਹਿੰਦੇ ਵੀ ਸਾਡੇ ਨਾਲ ਚੱਲੋ, ਲੇਕਿਨ ਨਾਲ ਕੋਈ ਲੱਗਦਾ ਨਹੀਂ। ਅਤੇ ਤੁਸੀਂ ਜਿਹੜੇ ਅੰਕੜੇ ਦਾ ਡਿਫਰੈਂਸ ਚਾਹੇ ਤੁਸੀਂ ਤੱਥਾਂ ਦੇ ਆਧਾਰ 'ਤੇ ਹੀ ਦਿੱਤਾ, ਉਸ ਦੇ ਵਿੱਚ ਬੜਾ ਫਰਕ ਲੱਗ ਰਿਹਾ। ਹੁਣ ਕਿਸ ਗੱਲ ਵਿੱਚ ਜ਼ਿਆਦਾ ਫਰਕ ਹੈ, ਉਹ ਉਹਨਾਂ ਵੱਲੋਂ ਕਦੇ ਬੁਲਾਵਾ ਨਹੀਂ ਆਉਂਦਾ ਜਾਂ ਕਿਹਾ ਨਹੀਂ ਜਾਂਦਾ ਜਾਂ ਤੁਸੀਂ ਨਾਲ ਲੱਗਣਾ ਨਹੀਂ ਜਾ ਰਹੇ? 2006 ਦੇ ਵਿੱਚ ਜਦੋਂ ਪਵਨ ਗੁਪਤਾ ਨੇ ਅੰਦੋਲਨ ਸ਼ੁਰੂ ਕੀਤਾ ਜੀ, ਤਾਂ ਉਸਦੀ ਅਗਵਾਈ ਹਰੀਸ਼ ਸਿੰਗਲਾ ਹੀ ਕਰਦਾ ਗਿਆ ਰਿਹਾ ਜੀ। ਪਵਨ ਗੁਪਤਾ ਕਾਲੀ ਮਾਤਾ ਮੰਦਿਰ ਤੋਂ ਆ ਕੇ ਵਾਪਸ ਚਲੇ ਜਾਂਦੇ ਸੀ ਜੀ। ਉਸ ਤੋਂ ਬਾਅਦ ਹਰ ਹਫ਼ਤੇ ਲਗਾਤਾਰ 4 ਮਹੀਨੇ ਜੀ ਸੀਐਮ ਕੈਪਟਨ ਸਾਹਿਬ ਦੀ ਕੋਠੀ ਦਾ ਘਿਰਾਓ ਕਰਨ ਦੇ ਲਈ ਹਰੀਸ਼ ਸਿੰਗਲਾ ਦੀ ਅਗਵਾਈ ਦੇ ਵਿੱਚ ਹੀ ਹਰ ਸ਼ਨੀਵਾਰ ਨੂੰ ਟੀਮ ਜਾਂਦੀ ਸੀ ਜੀ। ਇਹ ਕੋਈ ਪਵਨ ਗੁਪਤੇ ਦਾ ਅੰਦੋਲਨ ਨਹੀਂ ਹੈ, ਮੈਂ ਉਹੀ ਤਾਂ ਗੱਲ ਕਰ ਰਿਹਾ ਹਾਂ। ਨਾ ਮੈਂ ਨਹੀਂ ਮੰਨਦਾ ਵੀ ਇਕੱਲੇ ਹਿੰਦੂਆਂ ਦਾ ਅੰਦੋਲਨ ਹੈ ਜੀ। ਇਹ ਪੰਜਾਬ ਦੇ ਨਿਰਦੋਸ਼ ਮਾਰੇ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਅੰਦੋਲਨ ਹੈ। ਬਿਲਕੁਲ, ਇਸੇ ਕਰਕੇ ਕਹਿੰਦਾ ਇਹ ਇਨਸਾਫ਼ ਨਹੀਂ ਮਿਲ ਰਿਹਾ ਕਿ ਕੁਛ ਲੋਕ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਦੇ ਲਈ ਕੋਈ ਇਹਨੂੰ ਹਿੰਦੂ ਦਾ ਰੰਗ ਦੇ ਦਿੰਦਾ, ਕਿਸ ਤਰ੍ਹਾਂ ਖਾਲਿਸਤਾਨੀ ਕਹਿੰਦਾ ਉਸਨੂੰ ਸਿੱਖ ਦਾ ਰੰਗ ਦੇ ਦਿੰਦੇ ਨੇ ਜੀ। ਨਾ ਖਾਲਿਸਤਾਨ ਬਣਨਾ, ਨਾ ਕੁਛ ਹੋਰ ਹੋਣਾ। ਬਹੁਤ ਖੂਬ ਜੀ। ਇਸੀ ਤਰ੍ਹਾਂ ਜਿਹੜੀ ਚੀਜ਼ ਜਿਸ ਫੈਕਟ ਤੇ ਹੈਗੀ ਹੈ ਉਹ ਲੌਜਿਕ ਔਰ ਫੈਕਟਸ ਤੇ ਗੱਲ ਕਰੋ ਜੀ। ਜੋ ਸਰਕਾਰੀ ਅੰਕੜਿਆਂ ਨੂੰ ਕੋਈ ਨਹੀਂ ਝੁਟਲਾ ਸਕਦਾ, ਸਰਕਾਰੀ ਅੰਕੜੇ ਬਿਲਕੁਲ ਸਹੀ ਰਹਿਣਗੇ ਜੀ। ਉਹਨਾਂ ਦੇ ਵਿੱਚ 1% ਵੀ ਮੈਂ ਨਹੀਂ ਮੰਨਦਾ ਵੀ ਕੋਈ ਫਰਕ ਨਾ ਪਿਆ ਤੇ ਨਾ ਪੈ ਸਕਦਾ, ਨਾ ਪੈ ਸਕਦਾ। ਤੁਸੀਂ ਇੱਕ ਬਿਆਨ ਇਹ ਵੀ ਦੇ ਰਹੇ ਹੋ ਕਿ ਪੰਜਾਬ ਦੇ ਅੱਤਵਾਦ ਪੀੜਤਾਂ ਦੇ ਮੁਆਵਜ਼ਾ ਦਿਵਾਉਣ ਲਈ ਕਾਂਗਰਸ ਤੇ ਭਾਜਪਾ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ, ਤੁਸੀਂ ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚ ਕਿਸ ਤਰ੍ਹਾਂ ਪਹੁੰਚ ਕੀਤੀ? ਮੈਂ ਇਸ ਲਈ ਕਹਿੰਦਾ ਕਿ 2006 ਦੇ ਵਿੱਚ ਜਦੋਂ ਨਾਨਾ ਵਟੀ ਯੋਗ ਦੀ ਰਿਪੋਰਟ ਆਈ ਜੀ, ਉਸ ਤੋਂ ਬਾਅਦ ਅਸੀਂ ਅੰਦੋਲਨ ਕੀਤਾ ਜੀ ਕਿ ਇਸ ਮੁਆਵਜ਼ੇ ਨੂੰ ਲਾਗੂ ਕੀਤਾ ਜਾਵੇ। ਬਿਲਕੁਲ ਜੀ, ਠੀਕ ਹੈ। ਉਸ ਟਾਈਮ ਕੇਂਦਰ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਕਾਂਗਰਸ ਦੀ ਸਰਕਾਰ ਸੀ ਜੀ। ਅਸੀਂ ਰਾਮਲੀਲਾ ਗਰਾਊਂਡ ਜਾ ਕੇ ਦਿੱਲੀ ਵੀ ਧਰਨਾ ਪ੍ਰਦਰਸ਼ਨ ਕੀਤਾ ਜੀ, ਤੇ ਹੋਰ ਬੜੇ ਅੰਦੋਲਨ ਅਸੀਂ ਕਹਿੰਦੇ ਇਹਦੇ ਲਈ ਲੜੇ ਜੀ। ਤਾਂ ਬਾਦਲ ਸਾਹਿਬ ਇੱਥੇ ਪੰਜਾਬ, ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਪੰਜਾਬ ਸੀਗੇ ਜੀ 6 ਦੇ ਵਿੱਚ, ਤੇ ਇਹਨਾਂ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਰਾਣਾ ਗੁਰਜੀਤ ਸੀ ਮੇਰੇ ਖਿਆਲ, ਸ਼ਾਇਦ ਉਹਨਾਂ ਨੇ ਲੋਕ ਸਭਾ ਦੇ ਵਿੱਚ ਇਹਦੇ ਲਈ ਆਵਾਜ਼ ਵੀ ਉਠਾਈ ਜੀ। ਮੈਂ ਉਹਦਾ ਲੈਟਰ ਵੀ ਤੁਹਾਨੂੰ ਦਿਖਾਊਂਗਾ ਜੀ। ਅਤੇ ਉਸ ਤੋਂ ਬਾਅਦ ਮਨਮੋਹਨ ਸਿੰਘ ਜੀ 2006 ਦੇ ਲਾਸਟ ਦੇ ਵਿੱਚ ਮੇਰੇ ਖਿਆਲ ਲੁਧਿਆਣਾ ਆਏ ਸੀ ਜੀ, ਉੱਥੇ ਇਹਨਾਂ ਨੇ ਪੈਕੇਜ ਅਨਾਊਂਸ ਕਰਨਾ ਸੀ ਜੀ। ਪਰ ਉੱਥੋਂ ਸਟੇਜ ਤੋਂ ਪਹਿਲਾਂ ਹੀ ਸਾਡੇ ਪੰਜਾਬ ਦੇ ਕਿਸੇ ਜ਼ਿੰਮੇਵਾਰ ਕਾਂਗਰਸੀ ਲੀਡਰ ਨੇ ਇਹ ਕਹਿ ਦਿੱਤਾ ਸੀ ਕਿ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਪੰਜਾਬ ਨੂੰ ਪਹਿਲਾਂ ਹੀ ਬਹੁਤ ਕੁਛ ਦੇ ਚੁੱਕੇ ਨੇ, ਸਾਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਪਰ ਇੱਕ ਮਿੰਟ ਪੁੱਛੇ ਜੀ, ਉਸ ਦੇ ਵਿੱਚ ਕੀ ਸੀ ਕਿ ਸਾਡਾ ਉਸ ਟਾਈਮ ਇਹ ਮੁਆਵਜ਼ਾ ਅਨਾਊਂਸ ਹੋਣ ਜਾ ਰਿਹਾ ਸੀ, ਲੇਕਿਨ ਉਹ ਆਪਸੀ ਸਿਆਸਤ ਦੀ ਭੇਟ ਚੜ ਗਿਆ ਜੀ ਕਿ ਕਿਤੇ ਰਾਣਾ ਗੁਰਜੀਤ ਨੂੰ ਕਹਿੰਦਾ ਇਸਦਾ ਕ੍ਰੈਡਿਟ ਨਾ ਮਿਲ ਜਾਵੇ ਵੀ ਇਹਨੇ ਲੋਕ ਸਭਾ ਦੇ ਵਿੱਚ ਆਵਾਜ਼ ਉਠਾਈ ਸੀ। ਉਸ ਟਾਈਮ ਦੁੱਲੋ ਸਾਹਿਬ ਵੀ ਸੀ, ਪੱਟਲ ਸਾਹਿਬ, ਕਈ ਐਕਟਿਵ ਕਾਂਗਰਸ ਦੇ ਲੀਡਰ ਸੀਗੇ ਜਿਹਨਾਂ ਨੇ ਉਹਨਾਂ ਦੀ ਆਪਸੀ ਕਿਸ਼ਤਾਂ ਦੇ ਵਿੱਚ ਇਸ ਨੂੰ ਵਾਇੰਡ ਅਪ ਕਰਵਾਤਾ ਜੀ। ਉਸ ਤੋਂ ਬਾਅਦ ਬੀਜੇਪੀ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਆ ਗਈ 7 ਦੇ ਵਿੱਚ ਜੀ, ਅਸੀਂ ਬੜਾ ਰੌਲਾ ਪਾਉਂਦੇ ਰਹੇ, ਬੀਜੇਪੀ ਵੀ ਕਿਤੇ ਸਾਡੇ ਨਾਲ ਰੌਲਾ ਪਾਉਂਦੀ ਰਹੀ, ਬਾਦਲ ਸਾਹਿਬ ਵੀ ਚਿੱਠੀਆਂ ਲਿਖਦੇ ਰਹੇ ਕਿ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਇਸ ਪੈਕੇਜ ਨੂੰ ਰਿਲੀਜ਼ ਕਰੇ ਜੀ। ਕਮੇਟੀ ਦੇ ਵੀ ਸਾਡੇ ਮੌਜੂਦਾ ਹੁਣ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਮੰਤਰੀ ਨੇ, ਇਹ ਉਹਨਾਂ ਕਮੇਟੀ ਇਸ ਟਾਈਮ ਇਹ ਬੀਜੇਪੀ ਦੇ ਸਾਂਸਦ ਹੁੰਦੇ ਸੀ ਅੰਮ੍ਰਿਤਸਰ ਤੋਂ ਜੀ, ਇਹਨਾਂ ਦੀ ਅਗਵਾਈ ਦੇ ਵਿੱਚ ਕਮੇਟੀਆਂ ਬਣਦੀਆਂ ਰਹੀਆਂ ਜੀ, ਨੋ ਰਿਜ਼ਲਟ, ਕੋਈ ਰਿਜ਼ਲਟ ਨਹੀਂ ਨਿਕਲਿਆ। ਅਤੇ ਹੁਣ 2014 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਵੀ ਮੋਦੀ ਸਾਹਿਬ ਦੀ ਸਰਕਾਰ ਸੀ, ਬੀਜੇਪੀ ਸਰਕਾਰ ਆ ਗਈ, ਬੀਜੇਪੀ ਦੀ ਸਰਕਾਰ ਆ ਗਈ, ਅਤੇ ਪੰਜਾਬ ਦੇ ਵਿੱਚ ਵੀ ਬਾਦਲ ਸਾਹਿਬ ਦੀ ਸਰਕਾਰ ਸੀ ਜੀ, ਉਹ 2.5 ਸਾਲ ਦੇ ਵਿੱਚ ਜੀ ਨਾ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਜੀ, ਨਾ ਬੀਜੇਪੀ ਦੇ ਪੰਜਾਬ ਦਾ ਕੋਈ ਨੇਤਾ ਬੋਲਿਆ ਜੀ ਕਿ 2.5 ਸਾਲ ਬਾਦਲ ਸਾਹਿਬ ਔਰ ਭਾਜਪਾ ਪੰਜਾਬ ਦੇ ਵਿੱਚ ਔਰ ਸੈਂਟਰ ਦੇ ਵਿੱਚ ਇਕੱਠੀ ਸਰਕਾਰ ਚੱਲੀ ਜੀ, ਲੇਕਿਨ ਉਸ ਟਾਈਮ ਕਿਸੇ ਨੇ ਮੁਆਵਜ਼ੇ ਦੀ ਕੋਈ ਗੱਲ ਨਹੀਂ ਕੀਤੀ। ਕਹਿੰਦਾ ਜੇ ਅਸੀਂ 2014 ਤੋਂ ਬਾਅਦ ਅਤੇ 2017 ਦੇ ਵਿੱਚ ਦਾ ਜਿਹੜਾ ਗੈਪ ਸੀਗਾ, ਜਿੰਨੇ ਦੇਰ ਪੰਜਾਬ ਦੇ ਵਿੱਚ ਵੀ
ਅਕਾਲੀ ਦਲ ਭਾਜਪਾ ਸਰਕਾਰ ਰਹੀ ਹੈ ਅਤੇ ਕੇਂਦਰ ਵਿੱਚ ਵੀ ਭਾਜਪਾ ਸਰਕਾਰ ਹੈ ਸੀ, ਉਸ ਸਮੇਂ ਆਪਣੇ ਸੰਘਰਸ਼ ਵਿੱਚ ਕੀ ਰਿਹਾ? ਆਪਾਂ ਸਿਰਫ ਲੈਟਰ ਲਿਖੇ ਜਾਂ ਕੋਈ ਧਰਨਾ ਦਿੱਤਾ ਜਾਂ ਕਿਸੇ ਤਰ੍ਹਾਂ ਦਾ ਹੋਰ? ਅਸੀਂ ਕਈ ਵਾਰ ਮੰਗ ਪੱਤਰ ਭੇਜੇ ਜੀ, ਪ੍ਰਾਈਮ ਮਿਨਿਸਟਰ ਨੂੰ ਵੀ ਮੰਗ ਪੱਤਰ ਭੇਜੇ ਜੀ ਕਿ ਇਹ ਮੁਆਵਜ਼ਾ ਪਲੀਜ਼ ਰਿਲੀਜ਼ ਕੀਤਾ ਜਾਵੇ ਜੀ, ਲੇਕਿਨ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਇਹ 12 ਸਾਲਾਂ ਦੇ ਵਿੱਚ ਜੀ ਕਿਸੇ ਵੀ ਸਰਕਾਰ ਵੱਲੋਂ ਨਹੀਂ ਆਇਆ ਜੀ। ਅਸੀਂ ਦੇਖੋ, ਜੇ ਤਾਂ 84 ਦੰਗਾ ਪੀੜਤਾਂ ਨੂੰ ਮੁਆਵਜ਼ਾ ਸਰਕਾਰ ਨੇ ਨਾ ਦਿੱਤਾ ਹੋਵੇ ਜੀ, ਫਿਰ ਤਾਂ ਠੀਕ ਹੈ। ਦੂਜਿਆਂ ਨੂੰ ਨਾ ਦਿੱਤਾ ਹੋਵੇ ਜੀ, ਇਕੱਲੇ ਪੰਜਾਬ ਦੇ ਆਤੰਕਵਾਦ ਪੀੜਤਾਂ ਦਾ ਮੁਆਵਜ਼ਾ ਕਿਉਂ ਰੋਕਿਆ ਜਾ ਰਿਹਾ ਜੀ? ਅਸੀਂ ਇਹ ਕਹਿ ਰਹੇ ਹਾਂ, ਜਾਂ ਤਾਂ ਜਿੰਨੀ ਰਿਪੋਰਟਸ ਆਈ ਸੀਗੀ ਉਸ ਦੇ ਵਿੱਚ ਕਿਸੇ ਨੂੰ ਵੀ ਜਾਰੀ ਨਾ ਕੀਤਾ ਗਿਆ ਹੋਵੇ ਜੀ। ਮੇਰੀ ਜਾਣਕਾਰੀ ਮੁਤਾਬਕ 566 ਕਰੋੜ ਰੁਪਇਆ ਜੀ 84 ਦੰਗਾ ਪੀੜਤਾਂ ਨੂੰ ਰਿਲੀਜ਼ ਹੋ ਚੁੱਕਿਆ, ਔਰ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਹਿੰਦੂਆਂ ਨੂੰ ਇਗਨੋਰ ਕਰਦੀ ਹੈ, ਕਿਉਂਕਿ ਇਸ ਦੇ ਵਿੱਚ ਨਾ ਮੁਆਵਜ਼ਾ ਨਾ ਕਾਰਨ। ਹਿੰਦੂਆਂ ਨੂੰ ਇਗਨੋਰ ਕਰਨ ਦਾ ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਇਹੀ ਹੈ ਕਿ ਜਿਹੜੇ ਪੰਜਾਬ ਦੇ ਆਤੰਕਵਾਦ ਪੀੜਤ ਹੈ ਉਹਨਾਂ ਦੇ ਵਿੱਚ ਜਿਹੜੀ ਪਰਸੈਂਟੇਜ ਹੈ ਮਰਨ ਵਾਲਿਆਂ ਦੀ ਉਹ ਹਿੰਦੂਆਂ ਦੀ ਹੈ, ਔਰ ਹਿੰਦੂ ਲੀਡਰ ਹੀ ਆਪਸ ਦੇ ਵਿੱਚ ਇੰਨੀ ਖਿੱਚਤਾਨੀ ਕਰਦੇ ਨੇ ਕਿ ਇਸ ਦਾ ਕ੍ਰੈਡਿਟ ਮੈਨੂੰ ਮਿਲ ਜਾਵੇ ਜੀ। ਮੈਂ ਸ਼ਿਵ ਸੈਨਾ ਹਿੰਦੁਸਤਾਨ ਨੂੰ ਪੁੱਛਣਾ ਚਾਹੁੰਦਾ ਜੀ ਕਿ 10 ਸਾਲ ਜੀ ਜਦੋਂ ਬਾਦਲ ਸਾਹਿਬ ਦੀ ਸਰਕਾਰ ਰਹੀ ਜੀ, ਉਸ ਟਾਈਮ ਕਹਿੰਦਾ ਪਵਨ ਗੁਪਤਾ ਜੀ ਕਿਉਂ ਨਹੀਂ ਬੋਲੇ ਜੀ? ਉਸ ਟਾਈਮ ਉਹ 10 ਸਾਲ ਕਿਉਂ ਚੁੱਪ ਰਹੇ ਜਦੋਂ ਪਿਛਲੀ ਵਾਰੀ ਵੀ ਬਾਦਲ ਸਾਹਿਬ ਨੂੰ ਅਸੀਂ ਬੜੀ ਵਾਰੀ ਮਿਲੇ ਹਾਂ? ਬਿਲਕੁਲ ਗਲਤ ਹੈ। 2007 ਦਾ MLA ਦਾ ਇਲੈਕਸ਼ਨ ਸੀਗਾ ਜੀ, 2006 ਦੇ ਵਿੱਚ ਪਵਨ ਗੁਪਤੇ ਨੇ ਸਾਡੇ ਤੋਂ ਹੀ ਮੇਰੇ ਤੋਂ ਹੀ ਖਾਸ ਤੌਰ ਤੇ ਇਹ ਐਜੂਟੇਸ਼ਨ ਚਲਵਾਈ। 4 ਮਹੀਨੇ 5 ਮਹੀਨੇ ਮੈਂ ਮੋਤੀ ਮਹਿਲ ਜਾਂਦਾ ਰਿਹਾ, ਕਰਾਓ ਕਰਦਾ ਰਿਹਾ ਜੀ। ਵਾਪਸ 5000 ਦਾ ਪਹਿਲਾ ਹਿੰਦੂਆਂ ਦਾ ਇਕੱਠ ਜੀ ਕਾਲੀ ਮਾਤਾ ਮੰਦਿਰ ਦੇ ਬਾਹਰ ਹੋਇਆ ਜੀ। ਉਸ ਦੇ ਵਿੱਚ ਮੇਰੀ ਬਹੁਤ ਵੱਡੀ ਮਿਹਨਤ ਸੀ ਉਸ ਸਟਰਗਲ ਦੇ ਵਿੱਚ। 10 ਸਾਲ ਪਵਨ ਗੁਪਤਾ ਨਹੀਂ ਬੋਲਿਆ ਜੀ, ਜਦਕਿ ਮੁਆਵਜ਼ਾ ਰਿਲੀਜ਼ ਕਰਨਾ ਕੇਂਦਰ ਸਰਕਾਰ ਨੇ ਜੀ। ਸਮਝੇ? ਹੁਣ ਫਿਰ ਲੋਕ ਸਭਾ ਇਲੈਕਸ਼ਨ ਨੇੜੇ ਆ ਗਏ, ਹੁਣ ਫਿਰ ਕਹਿੰਦਾ ਉਸ ਨੂੰ ਕਹਿੰਦਾ ਸ਼ੁਰੂ ਕਰ ਦਿੱਤਾ ਗਿਆ। ਗੱਲ ਇਹ ਹੈ ਕਿ ਇਲੈਕਸ਼ਨ ਵੀ ਸ਼ੁਰੂ ਹੋ ਜਾਂਦੇ ਆਉਣ ਵਾਲੇ ਹੈਗੇ ਨੇ, ਉਹ ਵੀ ਗੱਲ ਤੁਹਾਡੀ ਠੀਕ ਹੈ, ਪਰ ਉਹਨਾਂ ਦਾ ਸ਼ਰੇਆਮ ਸਾਡੇ ਇਸੇ ਮੰਚ ਤੋਂ ਇਸੇ ਜਗ੍ਹਾ ਤੋਂ ਇਹ ਕਹਿ ਦਿੱਤਾ ਕਿ ਅਗਰ ਕਾਂਗਰਸ ਸਾਡਾ ਸਾਥ ਦਿੰਦੀ ਹੈ ਤਾਂ ਅਸੀਂ 45% ਹਿੰਦੂਆਂ ਦੀ ਵੋਟ ਕਾਂਗਰਸ ਨੂੰ ਪਾਵਾਂਗੇ, ਜੇਕਰ ਭਾਜਪਾ ਸਾਥ ਦਿੰਦੀ ਤਾਂ ਅਸੀਂ ਉਹਦੇ ਨਾਲ ਜਾਵਾਂਗੇ। ਸਾਫ ਇੱਥੋਂ ਸਪਸ਼ਟ ਕਿਹਾ ਹੈ, ਤੁਸੀਂ ਇਹਨਾਂ ਗੱਲਾਂ ਵਿੱਚ ਕੀ ਮੰਨਦੇ ਹੋ? ਦੇਖੋ, 45% ਹਿੰਦੂ ਵੋਟ ਨਾ ਤਾਂ ਕਦੇ ਪੰਜਾਬ 'ਚ BJP ਨੂੰ ਪਈ ਜੀ, ਨਾ ਕਦੇ ਕਾਂਗਰਸ ਨੂੰ ਪਈ। ਸ਼ਿਵ ਸੈਨਾ ਹਿੰਦੁਸਤਾਨ ਦੇ ਆ ਪਿੱਛੇ 15 ਕੁ ਕੈਂਡੀਡੇਟ ਖੜੇ ਸੀ, ਉਹਨਾਂ ਦਾ ਬਾਇਓਡਾਟਾ ਮੰਗਾ ਲਿਓ ਕਿਸੇ ਨੂੰ। ਆ ਪਟਿਆਲਾ 1 'ਚ 200 ਵੋਟ ਪਈ ਸੀ ਜੀ, ਪਟਿਆਲਾ 2 'ਚ ਵੀ 200 ਵੋਟ ਪਈ ਸੀ ਜੀ। ਸਮਝੇ? ਪੰਜਾਬ ਦੇ ਵਿੱਚ ਜਿਹੜੇ 10-12 ਕੈਂਡੀਡੇਟ ਇਹਨਾਂ ਦੇ ਖੜੇ ਸੀ, ਕਿਸੇ ਨੂੰ ਵੀ 200-400 ਤੋਂ ਵੱਧ ਵੋਟ ਨਹੀਂ ਪਈ, ਅਸੀਂ 45% ਵੋਟ। ਪਰ ਹਰੀਸ਼ ਜੀ, ਗੱਲ ਇਸ ਤੇ ਉੱਪਰ ਆਉਂਦੀ ਹੈ ਕਿ ਰਾਜਨੀਤਿਕ ਪਾਰਟੀਆਂ ਵੀ ਕੀ ਕੁਝ ਕਰ ਰਹੀਆਂ ਨੇ। ਜਦੋਂ ਤੱਕ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ, DC ਸਾਹਿਬਾਨਾਂ ਨੂੰ ਲੈਟਰ ਦਿੱਤੀ ਉਹਨਾਂ ਨੇ ਮੁੱਖ ਮੰਤਰੀ ਦੇ ਨਾਮ ਦੇ ਉੱਪਰ, ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਮ ਦੇ ਉੱਪਰ, ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ 15 ਦਿਨਾਂ ਦਾ ਸਮਾਂ ਦਿੱਤਾ ਸੀ 15 ਦਿਨਾਂ ਦੇ ਵਿੱਚ, ਲੇਕਿਨ ਉਸ ਤੋਂ ਬਾਅਦ ਜਦੋਂ ਦੂਸਰੀ ਵਾਰੀ ਉਹ ਜਿਹੜੇ ਆਪਣੇ MLAs ਨੇ, ਚਾਹੇ ਕਾਂਗਰਸ ਦੇ ਨੇ ਚਾਹੇ BJP ਦੇ ਨੇ, ਉਹਨਾਂ ਨੂੰ ਲੈਟਰ ਦਿੰਦੇ ਨੇ, ਉਸ ਤੋਂ ਬਾਅਦ ਅਸੀਂ ਇੱਥੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਉਸ ਗੱਲਬਾਤ ਦੇ ਵਿੱਚ ਉਹ ਐਲਾਨ ਕਰਦੇ ਨੇ ਇਹੀ ਵਾਲਾ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ 45% ਹਿੰਦੂ ਦੀ ਵੋਟ ਨਾਲ ਲੈ ਕੇ ਚੱਲ ਰਹੇ ਨੇ। ਇਸ ਐਲਾਨ ਤੋਂ ਬਾਅਦ ਇੱਕਦਮ ਉਹਨਾਂ ਦੀ ਮਹਾਰਾਣੀ ਪ੍ਰਨੀਤ ਕੌਰ ਨਾਲ ਵੀ ਮੀਟਿੰਗ ਹੋ ਜਾਂਦੀ ਹੈ, ਅਤੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮਿੰਦਰ ਨਾਲ ਵੀ ਮੀਟਿੰਗ ਹੋ ਜਾਂਦੀ ਹੈ, ਇਸ ਨੂੰ ਕੀ ਕਹਾਂਗੇ ਆਪਾਂ? ਦੇਖੋ, ਸਾਡੇ ਲੋਕਲ MLA ਨੇ ਜੀ, ਮਹਾਰਾਜਾ ਸਾਹਿਬ ਸਾਡੇ ਲੋਕਲ MLA ਨੇ ਜੀ, ਉਹਨਾਂ ਦੀ ਜਗ੍ਹਾ ਤੇ ਮਹਾਰਾਜ ਸਾਹਿਬ ਨੂੰ ਕੋਈ ਵੀ ਟਾਈਮ ਲੈ ਕੇ ਜਾ ਕੇ ਮਿਲ ਸਕਦਾ। ਪਰ ਉਸ ਤੋਂ ਪਹਿਲਾਂ ਤਾਂ ਗੱਲਬਾਤ ਹੋ ਹੀ ਨਹੀਂ ਰਹੀ ਸੀ, ਮੁਲਾਕਾਤ ਹੋ ਹੀ ਨਹੀਂ ਰਹੀ ਸੀ। ਨਹੀਂ, ਮੰਗਿਆ ਗਿਆ ਮਹਾਰਾਜ ਸਾਹਿਬ ਤੋਂ, ਮਹਾਰਾਜ ਸਾਹਿਬ ਤੋਂ ਕਿਸੇ ਨੇ ਕੋਈ ਟਾਈਮ ਨਹੀਂ ਮੰਗਿਆ। ਮਹਾਰਾਜ ਸਾਹਿਬ ਤੋਂ ਜਦੋਂ ਵੀ ਕੋਈ ਟਾਈਮ ਮੰਗਦਾ ਤਾਂ ਉਹਨੂੰ ਟਾਈਮ ਦਿੱਤਾ ਜਾਂਦਾ। ਬ੍ਰਹਮਿੰਦਰਾ ਜੀ ਤੋਂ ਜਦੋਂ ਕੋਈ ਟਾਈਮ ਮੰਗਦਾ, ਜਿਦਾਂ ਜੇ ਪਹਿਲਾਂ ਵੀ ਜਦੋਂ ਸਰਕਾਰ ਬਣੀ ਉਦੋਂ ਵੀ ਉਹਨਾਂ ਨੂੰ ਮਿਲਣ ਗਏ, ਸਮਝੇ? ਉਦੋਂ ਵੀ ਉਹਨਾਂ ਨੇ ਟਾਈਮ ਦਿੱਤਾ। ਹੋ ਸਕਦਾ ਤੁਹਾਨੂੰ ਮਿਲਾ ਲੈਂਦੇ ਹੋ, ਤੁਹਾਡੇ ਨਾਲ ਮੁਲਾਕਾਤ ਵਧੀਆ ਹੁੰਦੀ ਹੋਵੇ, ਲੇਕਿਨ ਅਸੀਂ ਤਾਂ ਇਹ ਬਿਲਕੁਲ ਉਹਨਾਂ ਦੇ ਮੁੱਖੋਂ ਸੁਣਿਆ ਕਿ ਸਾਡੇ ਕਹੇ ਹੋਏ ਗੱਲਾਂ 'ਤੇ ਕੋਈ ਪਹਿਲਾਂ ਵੀ ਗੱਲ ਨਹੀਂ ਹੋ ਰਹੀ ਸੀ, ਹੁਣ ਵੀ ਨਹੀਂ ਸੀ ਹੋ ਰਹੀ, ਅਤੇ ਜਦੋਂ ਪਹਿਲੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਦੋਂ ਉਹਨਾਂ ਨੇ 15 ਦਿਨਾਂ ਦਾ ਸਮਾਂ ਦਿੱਤਾ, 15 ਦਿਨਾਂ 'ਚ ਕੁਛ ਨਹੀਂ ਹੋਇਆ। ਦੂਸਰੀ ਵਾਰ ਜਿੰਨੇ ਵੀ MLA ਸੀ BJP ਦੇ ਸੀਗੇ ਚਾਹੇ ਕਾਂਗਰਸ ਸੀਗੇ, ਉਹਨਾਂ ਨੂੰ ਉਹਨਾਂ ਨੇ ਲੈਟਰ ਦੇਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਮਾੜੀ ਜਿਹੀ ਹਿਲਜੁਲ ਹੋਈ, ਫਿਰ ਅਸੀਂ ਇਸ 'ਤੇ ਬੁਲਾ ਕੇ ਪੁੱਛਿਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਰਹੇਗੀ।
उस कार्रवाई के हवाला देंदे हुए उन्होंने जो इस स्टेज तो उपरों एक ऐलान किया, ऐलान ही कहांगे उन्होंने स्पष्ट तौर पर किया कि असं 45% हिंदू की वोट लैके चल रहे हैं। उस तो बाद दो दिन बाद ही रिजल्ट देखने को मिल जाता है। विधानसभा हल्के दे विच 45% वोट का दावा करने वाले जी मेनू किसी कॉन्स्टिट्यूएंसी ते 4500 वोट पई हुई दिखा दें, 1.5 लाख दे विचो जड़ी किदा 1500 पई दिखा दें, 1% बनती है 1500 जे पैच पे जी जी ठीक है। वोट तो 200-400 पैनी है जी, ये कोई लॉजिक नहीं है। पर आप तुसी लॉजिक समझा भी दिता, फैक्ट्स भी देते, लेकिन ये लॉजिक सानू ये समझ नहीं आया कि कांग्रेस दे वधिया लीडर जिन्हां दा नाम है वो लोग इन्हां नाल मुलाकात कर लेंदे इन्हां गल्लां विच आ के, ये थोड़ा समझ तो बाहर। नहीं नहीं नहीं, चलो कोई भी मंग पत्र किसी अफसर नू किसी लीडर नू कदे भी देना होवे जी, तुसी जदों मर्जी टाइम लो, असीं बहुत मंग पत्र दिंदे आ जी। किसम जे ये कोई स्पैशली महाराज साहब दी गल तां वी साडे लोकल पटियाले तों नहीं जी, किसम जे कोई प्रॉब्लम नहीं है। जदों असीं कदे मिलना हुंदा असीं फोन करदे आं तां टाइम मिलदा जी, कोई प्रॉब्लम है नहीं कि कहिंदा इस तरह दी कहिंदा जी जी। तो ब्रह्मेंद्रा जी जदों मर्जी फोन करो मिल लो, कोई प्रॉब्लम नहीं, सैटरडे संडे ओह पटियाले हुंदे ने। बिल्कुल जी हरी सिंगला जी, बाकी सारियां गल्लां तुसीं बहुत वधिया तरीके नाल अंकड़े भी दस्से, फैक्ट भी दस्से, ते जिहड़े इह 35,000 हिंदुआं दी गल कीती जा रही सी उस नूं तुसीं सिरे तों खारिज कर रहे हो अपने शब्दां दे विच, ते जिहड़े अंकड़े तुसीं दित्ते आ उन्हां नूं सरकारी तौर ते तुसीं जायज़ दस रहे हो, इह सारी गल्लां ठीक ने। हुण तुसीं 6 जुलाई नूं साडे देश दे प्रधानमंत्री श्री नरेंद्र मोदी जी दा पुतला फूकण दी गल कही है, उस संदर्भ विच पुछांगा कि आखिरकार इह कदम आपां नूं चुकणा क्यों पै रिहा, अगर तो अपनी सारिआं नाल मुलाकात भी हो रही है, अगे तक आवाज़ भी पहुँचाई जा रही है, फिर आपां नूं पुतला फूकण दी नौबत क्यों आ रही है। देखो मैं जिहड़ी स्टेटमेंट जारी कीती है जी, मैं उही कहा कि चाहे वह कांग्रेस है जी, चाहे वह भाजपा है जी, चाहे अकाली दल है जी जी, सारे इको थैली दे चट्टे बट्टे ने जी, पंजाब दे तंग पीड़ितां दे लई जी इक रीज हुई भी चीज नू लागू करवाण दे विच बादल साहब भी नाकाम रहे जी, कैप्टन साहब भी नाकाम रहे। बिलकुल जी ठीक है, ते इस दा असली गुनाहगार जी मैं साढ़े प्रधानमंत्री नरेंद्र मोदी नूं मंदा जी, इस दे लई असीं अनाउंस कीता है कि 6 अगस्त नूं प्रधानमंत्री नरेंद्र मोदी दे पुतले असीं मूंह ते अखां ते पट्टी जी बन के जी फूकांगे भी सुती होई मोदी सरकार नूं शायद कोई होश आ जावे जी, शायद उहनां नूं कोई फर्क पै जावे, उम्मीद घट है जी जी, क्योंकि उह सत्ता दे नशे दे विच एड्डा कचूर हो चुके ने, मोदी साहब अमित शाह इन्ने अहंकारी हो चुके ने कि उन्होंने हिंदुओं की वोट की कोई जरूरत नहीं, जे उन्होंने हिंदुओं की वोट की जरूरत होंगी और राम मंदिर का निर्माण करवाते, जे उन्होंने हिंदुओं की वोट की जरूरत होंगी तो कश्मीरी पंडितों का द्वारा बसेबा करते, जे उन्होंने हिंदुओं के वोट की जरूरत होंगी वो धारो 370 तोड़ दे, जे उन्होंने हिंदुओं के वोट की जरूरत होंगी तो गंगा की सफाई जो उन्होंने वादा किया उसनू पूरा कर दे, उन्हां नू किसे दी कोई चिंता नहीं, उन्हां ने सता सुख जिहड़ा 5 साल भोग लिया। अज मैं थोड़े चैनल तो इतों ऐलान करदा कि उन्हां दी इन्हां हिंदू विरोधी नीतियां करके ही भाजपा नू अगले लोक सभा 2019 दे चोणां दे विच 100 सीटां भी नहीं आणगियां, इह गल मैं तो 1.5 साल पहलां भी कही सी और अज भी चैलेंज दे नाल कहना कि इन्हां नू इन्हां दा घमंड और हिंदू विरोधी नीतियां ही 2019 दे चोणां दे विच लैके बैठणगियां। हरीश जी ठीक है, तुसीं पूरे जोश दे विच ऐलान कीता, गलबात कीती, सारी ठीक है, लेकिन असीं इह पुछणा चाहांगे कि 6 तरीक नूं पुतला सिर्फ पटियाला विखे फूकिआ जाएगा जां पूरे पंजाब जां पूरे भारत दे विच इह अभियान चलेगा। नहीं, पहली गल तां इह मुद्दा पंजाब दे आतंकवाद पीड़ितां दा जी, इस दे विच भारत च फूकण दा कोई मतलब नहीं जी, ठीक है, ते पंजाब दे कई जिलों दे विच जी जरूर फूकिआ जाऊगा। ते इह पुतला फूकण तों बाद अगर कोई कार्रवाई फिर भी नहीं हुंदी उस तों अगला स्टैप की होएगा, शिवसेना बाल ठाकरे दा अगले अंदोलन की घोषणा की जाऊगी, उत्थे दिल्ली दे विच जाके प्रधानमंत्री का घराओ भी किया जा सकता है, और मैं एक चिट्ठी 6 तरीक नूं साडे राष्ट्रीय प्रमुख कार्यपक्ष प्रमुख उद्धव ठाकरे जी नूं लिखांगा कि साडे एमपीआं दे द्वारा इह आवाज लोक सभा और राज्य सभा दे विच उठाई जावे तां जो पंजाब दे आतंकवाद पीड़ितां नूं मुआवजा किसी भी हाल दे विच मिले। ये जिहड़ा तुसीं अगली कार्रवाई करन दी गल कर रहे हो
ਉਸ ਦੇ ਵਿੱਚ ਆਪਾਂ ਕਿੰਨੇ ਸਮੇਂ ਦਾ ਵਕਫਾ ਪਾਉਂਗੇ, ਕੋਈ ਟਾਈਮ ਨਿਰਧਾਰਿਤ ਕੀਤਾ ਗਿਆ? ਪੰਜਾਬ ਦੀ ਮੀਟਿੰਗ ਬੁਲਾ ਕੇ ਕਹਿੰਦਾ ਅਨਾਊਂਸ ਕਰ ਦਾਂਗੇ ਹਫ਼ਤੇ 10 ਦਿਨ ਦੇ ਵਿੱਚ, ਕੋਈ ਬਾਹਲੀ ਗੱਲ ਨਹੀਂ। ਜਿਵੇਂ 6 ਤਰੀਕ ਨੂੰ ਪੁਤਲਾ ਫੂਕਾਂਗੇ, ਉਸ ਤੋਂ ਬਾਅਦ ਦਾ ਸਮਾਂ? ਹਾਂ, 20 ਤਰੀਕ ਤੋਂ ਪਹਿਲਾਂ ਨੈਕਸਟ ਪ੍ਰੋਗਰਾਮ ਅਸੀਂ ਅਨਾਊਂਸ ਕਰ ਦਾਂਗੇ। ਅਨਾਊਂਸ ਕਰ ਦਾਂਗੇ। ਹਾਂ, 15 ਦਿਨ ਦਾ ਸੈਂਟਰ ਨੂੰ ਸਮਾਂ ਦੇ ਕੇ ਕਹਿੰਦਾ ਨੈਕਸਟ ਪ੍ਰੋਗਰਾਮ ਅਨਾਊਂਸ ਹੋ ਜਾਏਗਾ। ਨੈਕਸਟ ਪ੍ਰੋਗਰਾਮ ਅਨਾਊਂਸ ਹੋ ਜਾਏਗਾ। ਸੋ ਹਰੀਸ਼ ਸਿੰਗਲਾ ਜੀ ਵੱਲੋਂ ਕੀਤੇ ਗਏ ਜਿਹੜੇ ਸਾਰੇ ਖੁਲਾਸੇ ਨੇ ਤੁਸੀਂ ਸੁਣੀ ਲਏ ਨੇ, ਅਤੇ ਫੈਕਟ ਦੱਸਿਆ ਕਿ ਸਰਕਾਰੀ ਅੰਕੜੇ ਕੁਛ ਹੋਰ ਕਹਿ ਰਹੇ ਨੇ, ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖਾਂ ਵੱਲੋਂ ਹਮੇਸ਼ਾ ਹੀ 35,000 ਹਿੰਦੂਆਂ ਦੀ ਗੱਲ ਕੀਤੀ ਜਾਂਦੀ ਹੈ, ਲੇਕਿਨ ਇਹਨਾਂ ਦਾ ਹਿੰਦੂਆਂ ਦੀ ਗੱਲ ਹੁਣ ਵੀ ਨਹੀਂ ਕੀਤੀ, ਹੁਣ ਵੀ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ, ਇਨਸਾਨੀਅਤ ਦੀ ਗੱਲ ਕੀਤੀ ਹੈ। ਇਸ ਵਿੱਚ ਪ੍ਰਭਾਵਿਤ ਹੋਏ ਵੀ ਜੇ ਕੋਈ ਹਿੰਦੂ ਹੈ ਚਾਹੇ ਮੁਸਲਿਮ ਹੈ ਚਾਹੇ ਸਿੱਖ ਹੈ, ਉਸ ਨੂੰ ਇਹ ਮੁਆਵਜ਼ਾ ਮਿਲਣਾ ਚਾਹੀਦਾ। ਇਹਨਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਦੇ ਵਿੱਚ ਇਹ ਚੱਲ ਰਹੇ ਨੇ, ਜਦਕਿ ਹਿੰਦੂਆਂ ਦੇ ਨਾਤੇ ਹਿੰਦੂਆਂ ਦੀ ਹੀ ਕਈ ਸੰਸਥਾਵਾਂ ਦੇ ਵਿੱਚੋਂ ਸ਼ਿਵ ਸੈਨਾ ਹਿੰਦੁਸਤਾਨ ਨੇ 35,000 ਹਿੰਦੂਆਂ ਦੀ ਗੱਲ ਕੀਤੀ ਸੀਗੀ। ਲੇਕਿਨ ਖੈਰ, ਇਹ ਆਪਸੀ ਗੱਲਬਾਤ ਹੈ, ਕੁਛ ਲੋਕ ਰਾਜਨੀਤੀ ਕਰਦੇ ਨੇ, ਕੁਛ ਲੋਕ ਸਵਾਰਥ ਦੇਖਦੇ ਨੇ, ਇਹ ਸਭ ਚੱਲਦਾ ਆ ਰਿਹਾ ਹੈ। ਲੇਕਿਨ ਉਸ ਦੇ ਚੱਲਦੇ ਹੋਏ ਕੁਛ ਕੁਸ਼ਚਨ ਹਰੀਸ਼ ਸਿੰਗਲਾ ਜੀ ਕੋਲ ਅਸੀਂ ਪੁੱਛੇ, ਅਤੇ ਉਹਨਾਂ ਨੇ ਉਹਨਾਂ ਦਾ ਜਵਾਬ ਵੀ ਦਿੱਤਾ, ਅਤੇ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਅੱਖਾਂ ਦੇ ਉੱਪਰ ਅਤੇ ਮੂੰਹ ਦੇ ਉੱਪਰ ਪੱਟੀ ਬਣ ਕੇ ਪੁਤਲਾ ਫੂਕਿਆ ਜਾਣਾ ਰੋਸ ਵਜੋਂ, ਅਤੇ ਉਸ ਤੋਂ ਬਾਅਦ ਸ਼ਾਇਦ ਇਹਨਾਂ ਦਾ ਕਹਿਣਾ ਕਿ ਭਾਰਤ ਸਰਕਾਰ ਜਾਗ ਜਾਵੇ ਅਤੇ ਹਿੰਦੂਆਂ ਦੇ ਹੱਕ ਵਾਸਤੇ ਉਹ ਅੱਗੇ ਆਵੇ, ਜੋ ਉਹਨਾਂ ਦਾ ਹੱਕ ਸੀਗਾ ਉਹ ਉਹਨਾਂ ਨੂੰ ਪ੍ਰਦਾਨ ਕੀਤਾ ਜਾਵੇ। ਸੋ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ, ਲੇਕਿਨ ਅਗਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਤਾਂ ਉਸ ਤੋਂ 15 ਦਿਨਾਂ ਦੇ ਵਿੱਚ ਇਹ ਅਗਲਾ ਐਲਾਨ ਵੀ ਕਰਨਗੇ, ਅਤੇ ਆਪਣੇ ਵੱਲੋਂ ਇੱਕ ਲਿਖਤੀ ਪੱਤਰ ਵੀ ਭੇਜਣਗੇ ਉਧਵ ਠਾਕਰੇ ਜੀ ਨੂੰ। ਸੋ ਜਾਣ ਤੋਂ ਪਹਿਲਾਂ ਆਪਾਂ ਹਰੀਸ਼ ਸਿੰਗਲਾ ਜੀ ਕੋਲੋਂ ਪੁੱਛਦੇ, ਕੋਈ ਮੈਸੇਜ ਦੇਣਾ ਚਾਹੁੰਦੇ? ਮੈਂ ਪੰਜਾਬ ਦੀ ਜਨਤਾ ਨੂੰ ਔਰ ਵਿਸ਼ੇਸ਼ ਤੌਰ 'ਤੇ ਸਾਡੇ ਸਮਾਜ ਦੇ ਹਿੰਦੂ ਲੀਡਰਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਬਿਨਾਂ ਲਿਖੇ ਪੜ੍ਹੇ, ਬਿਨਾਂ ਕਿਸੇ ਲੌਜਿਕ ਤੋਂ, ਬਿਨਾਂ ਕਿਸੇ ਫੈਕਟਸ ਤੋਂ ਪੰਜਾਬ ਦੀ ਜਨਤਾ ਨੂੰ, ਸਾਨੂੰ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਜਦ ਤੱਕ ਸਾਨੂੰ ਕਿਸੇ ਗੱਲ ਦੀ ਪੁਖਤਾ ਜਾਣਕਾਰੀ ਨਾ ਹੋਵੇ ਤਾਂ ਸਾਨੂੰ ਨਹੀਂ ਬੋਲਣਾ ਚਾਹੀਦਾ ਕਿ ਜਨਤਾ ਤੱਕ ਅਸੀਂ ਕਿਸੇ ਮੰਚ 'ਤੇ, ਮੀਡੀਆ ਦੇ ਮੰਚ 'ਤੇ ਬਹਿ ਕੇ ਗੱਲ ਕਰਦੇ ਹਾਂ ਕਿ ਸਾਨੂੰ ਜਨਤਾ ਤੱਕ ਜਿਹੜੀ ਜਾਣਕਾਰੀ ਹੈ ਉਹ ਪੁਖਤਾ ਹੀ ਪਹੁੰਚਾਉਣੀ ਚਾਹੀਦੀ ਹੈ। ਗਲਤ ਜਾਣਕਾਰੀ ਦੇਣ ਦੇ ਨਾਲ ਅਸੀਂ ਸਾਰਿਆਂ ਨਾਲ ਗੁੰਮਰਾਹ ਕਰਦੇ ਹਾਂ, ਸਾਰਿਆਂ ਨਾਲ ਧੋਖਾ ਕਰਦੇ ਹਾਂ, ਐਸੇ ਕੰਮ ਨਹੀਂ ਕਰਨੇ ਚਾਹੀਦੇ। ਸੋ ਪਵਨ ਗੁਪਤਾ ਜੀ ਵੱਲੋਂ ਸੁਜੈਸ਼ਨ ਵੀ ਸੀਗੀ ਅਤੇ ਇੱਕ ਮਸ਼ਵਰਾ ਵੀ ਸੀਗਾ ਕਿ ਪੂਰੀ ਜਾਂਚ ਪੜਤਾਲ ਕਰਕੇ ਸਹੀ ਅੰਕੜੇ ਲੋਕਾਂ ਨੂੰ ਦੱਸਣੇ ਚਾਹੀਦੇ ਨੇ, ਅਤੇ ਮੀਡੀਆ ਦੇ ਮੰਚ ਦੇ ਉੱਪਰੋਂ ਹੋ ਸਕੇ ਤਾਂ ਵੱਧ ਤੋਂ ਵੱਧ ਸੱਚਾਈ ਬੋਲੀ ਜਾਵੇ, ਕਿਉਂਕਿ ਮੀਡੀਆ ਹਮੇਸ਼ਾ ਹੀ ਸੱਚ ਨਾਲ ਚੱਲਦਾ, ਉਹ ਕਿਸੇ ਇੱਕ ਦਾ ਹੋ ਕੇ ਨਹੀਂ ਚੱਲਦਾ। ਲੇਕਿਨ ਹਰੇਕ ਦੀ ਆਪਣੀ ਆਪਣੀ ਧਾਰਨਾ, ਹਰੇਕ ਦੇ ਆਪਣੇ ਆਪਣੇ ਵਿਚਾਰ ਨੇ, ਹਰੇਕ ਇਨਸਾਨ ਨੂੰ ਆਪਣੇ ਵਿਚਾਰ ਵਿਅਕਤ ਕਰਨ ਦਾ ਪੂਰਾ ਪੂਰਾ ਹੱਕ ਹੈ। ਸੋ ਅੱਜ ਦੇ ਪ੍ਰੋਗਰਾਮ ਨਿਸ਼ਾਨਦੇਹੀ ਮੁੱਦਾ ਦੇ ਵਿੱਚ ਅਸੀਂ 781 ਕਰੋੜ ਰੁਪਏ ਦਾ ਜੋ ਫੰਡ ਨਾਨਾਵਤੀ ਰਿਪੋਰਟ ਦੇ ਅਧੀਨ ਪੰਜਾਬ ਦੇ ਆਤੰਕਵਾਦ ਪੀੜਿਤ ਲੋਕਾਂ ਲਈ ਸੀਗਾ ਉਸ ਦੇ ਉੱਪਰ ਸੀਗਾ, ਕਿਉਂਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਮੁੱਖ ਪੰਜਾਬ ਤੋਂ ਹਰੀਸ਼ ਸਿੰਗਲਾ ਜੀ ਉਹਨਾਂ ਵੱਲੋਂ ਇਹ ਸਾਰੇ ਐਲਾਨ ਅਖਬਾਰਾਂ ਵਿੱਚ ਸਾਫ਼ ਤੌਰ 'ਤੇ ਛਪੇ ਹੋਏ ਤੁਸੀਂ ਦੇਖ ਸਕਦੇ ਹੋ, ਅਤੇ 6 ਤਰੀਕ ਨੂੰ ਮਾਣਯੋਗ ਪ੍ਰਧਾਨ ਮੰਤਰੀ ਭਾਰਤ ਨਰਿੰਦਰ ਮੋਦੀ ਜੀ ਦਾ ਪੁਤਲਾ ਫੂਕਣ ਦੀ ਉਹਨਾਂ ਨੇ ਗੱਲ ਕਹੀ ਹੈ। ਇਸ ਲਈ ਅਸੀਂ ਬੁਲਾ ਕੇ ਜੋ ਕੁਐਸਚਨ ਸਾਡੇ ਜਹਿਨ ਵਿੱਚ ਸੀਗੇ ਉਹ ਸਾਰੇ ਪੁੱਛੇ ਨੇ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਓ। ਪ੍ਰੋਗਰਾਮ ਨਿਸ਼ਾਨਦੇਹੀ ਮੁੱਦਾ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਹੁਣ ਮੈਨੂੰ ਕਿਰਨ ਵਸ਼ਿਸ਼ ਨੂੰ ਅਤੇ ਸਾਡੇ ਅੱਜ ਦੇ ਮੁੱਖ ਗੈਸਟ ਸ਼੍ਰੀ ਹਰੀਸ਼ ਸਿੰਗਲਾ ਜੀ ਨੂੰ ਦੋ ਇਜਾਜ਼ਤ। ਨਮਸਕਾਰ। ਨਮਸਕਾਰ।